ਖਬਰਾਂ ਦੇ ਇਸ ਬੁਲੇਟਿਨ 'ਚ ਸਵਾਗਤ। ਹੁਣ ਤੱਕ ਦੀਆਂ ਖਾਸ ਖਾਸ ਖਬਰਾਂ ਦੇ ਨਾਲ ਮੈਂ ਪ੍ਰਿਤਪਾਲ ਮਾਹੁਰਾਣਾ। ਬੈਂਸ ਭਰਾਵਾਂ ਖਿਲਾਫ ਮਾਮਲਾ ਦਰਜ, ਸਾਈਕਲ ਯਾਤਰਾ ਦੌਰਾਨ ਸੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਲੱਗੇ ਇਲਜ਼ਾਮ। ਬੇਅਦਬੀ ਮਾਮਲੇ 'ਚ ਵੱਡਾ ਖੁਲਾਸਾ, ਬਾਦਲਾਂ ਦੇ ਨਾਂ ਦੀਆਂ ਖੜਕੀਆਂ ਤਾਰਾਂ। ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ, ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਤਿਆਰ ਹੋਇਆ ਪਾਕਿਸਤਾਨ। 21 जुलाई तो 3 अगस्त तक चलेगी अमरनाथ यात्रा, कोविड-19 करके लिया गया फैसला। तरनतारन कतल केस, 5 व्यक्तियों दे कतल दी गुत्थी सुलझी। इस दे नाल ही खबरां दा बुलेटिन खत्म हुंदा है। प्रितपाल माहुराणा नूं दिओ इजाजत।